ਹਾਂਜੀ ਸਤਿ ਸ਼੍ਰੀ ਅਕਾਲ ਜੀ। ਪਲਾਨ ਬਣ ਗਿਆ ਜੀ ਮਾਤਾ ਚਿੰਤਪੁਰਨੀ ਦੇ ਜਾਣ ਦਾ ਜੀ। ਅੱਜ ਬੱਚਿਆਂ ਨੂੰ ਛੁੱਟੀ ਸੀਗੀ ਜੀ, ਅੱਜ ਬੱਚਿਆਂ ਨੂੰ ਨਾਲ ਲੈ ਜਾਈਏ ਜੀ। ਚਲੋ ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰਨ ਚੱਲੀਏ ਜੀ। ਚਲੋ ਆ ਜਾਓ ਫਿਰ ਚੱਲੀਏ ਬੱਚਿਓ। ਲਓ ਜੀ ਆਪਾਂ ਪਹੁੰਚ ਗਏ ਹਾਂ ਲੁਧਿਆਣੇ ਲਾਡੋਵਾਲ ਟੂਲ ਟੈਕਸ। ਦੇਖੋ ਜੀ ਜਿੰਨੀਆਂ ਗੱਡੀਆਂ ਨਿਕਲ ਰਹੀਆਂ ਨੇ ਗੱਡੀਆਂ ਦੇ ਜ਼ਿਆਦਾਤਰ ਜੀ ਪਿੱਛੇ ਮੂਸੇਵਾਲੇ ਦੀ ਫੋਟੋ ਮਿਲਦੀ ਹੈ ਜੀ। ਦੇਖੋ ਸਤਲੁਜ ਦੇ ਪੁਲ ਦੇ ਉੱਪਰ ਪਹੁੰਚ ਗਏ ਹਾਂ ਜੀ। ਸਤਲੁਜ ਦੇ ਪੁਲ ਦੇ ਉੱਪਰ ਦੇਖੋ ਜੀ ਕਿੰਨਾ ਵਧੀਆ ਵਿਊ ਆ ਰਿਹਾ ਜੀ। ਸ਼ਾਮ ਦਾ ਵਿਊ ਆ ਇਹ ਜੀ, ਬਹੁਤ ਵਧੀਆ ਲੱਗ ਰਿਹਾ। ਪੂਰੇ ਬੱਦਲਬਾਈ ਥੋੜ੍ਹੀ ਥੋੜ੍ਹੀ ਬੱਦਲਬਾਈ ਹੋਈ ਹੋਈ ਹੈ ਜੀ। ਲਓ ਜੀ ਆਪਾਂ ਗਰਾਇਆ ਪਹੁੰਚ ਚੁੱਕੇ ਹਾਂ ਜੀ, ਗਰਾਇਆ ਸ਼ਹਿਰ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਆਪਾਂ ਫਰਵਾੜੇ ਤੋਂ ਮੁੜਾ ਜੀ। ਲਓ ਜੀ ਆਪਾਂ ਨੂੰ ਰਸਤੇ ਦੇ ਵਿੱਚ ਮਾਤਾ ਦੀ ਵੱਡੀ ਫੋਟੋ ਦਿਖੀ ਜੀ। ਲਓ ਜੀ ਆਪਾਂ ਪਹਿਲਾਂ ਮਾਤਾ ਰਾਣੀ ਨੂੰ ਮੱਥਾ ਟੇਕ ਲਈਏ ਚੜ੍ਹਾਈਆਂ ਸ਼ੁਰੂ ਕਰਨ ਤੋਂ ਪਹਿਲਾਂ। ਉਸ ਤੋਂ ਬਾਅਦ ਮਾਤਾ ਰਾਣੀ ਦਾ ਆਸ਼ੀਰਵਾਦ ਲੈ ਕੇ ਆਪਾਂ ਆਸ਼ੀਰਵਾਦ ਲੈਣ ਤੋਂ ਬਾਅਦ ਅੱਗੇ ਆਪਾਂ ਚੜ੍ਹਾਈਆਂ ਸ਼ੁਰੂ ਕਰਾਂਗੇ ਜੀ। ਬਹੁਤ ਵਧੀਆ ਲਾਈਟਿੰਗ ਵਗੈਰਾ ਕਰੀ ਹੋਈ ਆ ਜੀ ਮਾਤਾ ਰਾਣੀ ਦੇ ਭਵਨ ਦੇ ਉੱਤੇ। ਛੋਟਾ ਜਿਹਾ ਮੰਦਰ ਆਇਆ ਜੀ ਰਸਤੇ ਦੇ ਵਿੱਚ, ਬਹੁਤ ਵਧੀਆ ਡੈਕੋਰੇਸ਼ਨ ਕਰੀ ਹੋਈ ਆ ਜੀ ਮਾਤਾ ਰਾਣੀ ਦੇ ਝੰਡਿਆਂ ਦੀ। ਉਹ ਦੇਖੋ ਝੰਡੇ ਵੀ ਝੂਲ ਰਹੇ ਆ ਜੀ। ਲਓ ਜੀ ਦੇਖੋ ਲੜੀਆਂ ਦੀ ਕਿੰਨੀ ਵਧੀਆ ਡੈਕੋਰੇਸ਼ਨ ਹੋਈ ਹੋਈ ਆ ਰਸਤੇ ਦੇ ਵਿੱਚ ਮਾਤਾ ਰਾਣੀ ਦੇ ਭਵਨ ਦੇ ਉੱਤੇ। ਇੱਕ ਰਸਤੇ ਦੇ ਵਿੱਚ ਛੋਟਾ ਜਿਹਾ ਮੰਦਰ ਆਇਆ ਜੀ, ਮਾਤਾ ਬਗਲਾ ਮੁਖੀ ਦਾ ਮੰਦਰ ਆਇਆ ਜੀ ਰਸਤੇ ਦੇ ਵਿੱਚ। ਲਓ ਜੀ ਦੇਖੋ ਕਿੰਨੀ ਵਧੀਆ ਡੈਕੋਰੇਸ਼ਨ ਆਪਾਂ ਤੁਹਾਨੂੰ ਦਿਖਾ ਰਹੇ ਹਾਂ। ਘੱਟੋ ਘੱਟ ਵੀ 3-4 ਕਿਲੋਮੀਟਰ ਦੇ ਉੱਪਰ ਲੜੀਆਂ ਲੱਗੀਆਂ ਹੋਈਆਂ ਨੇ ਜੀ। ਪੂਰਾ ਰੋਡ ਸਜਾਇਆ ਪਿਆ ਜੀ ਰਸਤੇ ਦੇ ਵਿੱਚ। ਆਪਾਂ ਤੁਹਾਨੂੰ ਮੰਦਰ ਦੇ ਦਰਸ਼ਨ ਵੀ ਕਰਾਉਂਦੇ ਹਾਂ ਜੀ। ਦੇਖੋ ਪੂਰਾ ਸ਼ਿਵਲਿੰਗ ਦੇ ਉੱਪਰ ਲੜੀ ਲੱਗੀ ਹੋਈ ਆ, ਕਿੰਨਾ ਵਧੀਆ ਭੋਲੇ ਸ਼ੰਕਰ ਦਾ ਮੰਦਰ ਸਜਾਇਆ ਹੋਇਆ ਜੀ। ਲਓ ਜੀ ਕਰੋ ਦਰਸ਼ਨ ਮੰਦਰ ਦੇ। ਪ੍ਰਸ਼ਾਦ ਦੀਆਂ ਦੁਕਾਨਾਂ ਵੀ ਬਾਹਰ ਲੱਗੀਆਂ ਹੋਈਆਂ ਨੇ, ਥੋੜ੍ਹਾ ਜਿਹਾ ਹਨੇਰਾ ਹੋ ਚੁੱਕਿਆ ਵਾ ਜੀ। ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਜੀ ਰਸਤੇ ਦੇ ਵਿੱਚ। ਗੱਡੀ ਰੋਕੀ ਆ ਜੀ, ਮੈਂ ਕਿਹਾ ਚਲੋ ਥੋੜ੍ਹੀ ਜਿਹੀ ਭੁੱਖ ਲੱਗੀ ਜੀ ਬੱਚਿਆਂ ਨੇ, ਗੋਲਗੱਪੇ ਖਵਾ ਦਈਏ ਆਪਾਂ ਜੀ। ਥੋੜ੍ਹੇ ਜਿਹੇ ਗੋਲਗੱਪੇ ਖਾ ਲਏ, ਚੜ੍ਹਾਈਆਂ ਸ਼ੁਰੂ ਹੋ ਗਈਆਂ। ਮੈਂ ਕਿਹਾ ਇਹਨਾਂ ਨੂੰ ਥੋੜ੍ਹੀਆਂ ਘਬਰਾਟਾਂ ਜੀਆਂ ਸ਼ੁਰੂ ਹੋ ਗਈਆਂ ਸੀਗੀਆਂ, ਤਾਂ ਕਰਕੇ ਆਪਾਂ ਇਹਨਾਂ ਨੂੰ ਗੋਲਗੱਪੇ ਖਵਾ ਦਈਏ ਜੀ। ਇੱਧਰ ਨੂੰ ਮੂੰਹ ਕਰਕੇ ਲਓ ਜੀ। ਏਕਮ ਨੇ ਜਿੱਦ ਕਰੀ, ਕਹਿੰਦਾ ਸੌਸ ਪਾ ਕੇ ਮੈਨੂੰ ਗੋਲਗੱਪਾ ਖਵਾ ਦਿਓ ਜੀ। ਏਕਮ ਨੂੰ ਆਪਾਂ ਸੌਸ ਪਾ ਕੇ ਇੱਕ ਗੋਲਗੱਪਾ ਖਵਾਤਾ ਜੀ। ਆਪਾਂ ਪਹੁੰਚ ਚੁੱਕੇ ਹਾਂ ਮਾਤਾ ਚਿੰਤਪੁਰਨੀ ਦੇ ਮੰਦਰ ਤੋਂ। ਆਪਾਂ ਇੱਕ ਕਿਲੋਮੀਟਰ ਪਿੱਛੇ ਰੁਕੇ ਹਾਂ ਜੀ, ਆਪਾਂ ਕਮਰੇ ਦੀ ਤਿਆਰੀ ਕਰ ਰਹੇ ਹਾਂ। ਕਮਰਾ ਲੈ ਰਹੇ ਹਾਂ ਜੀ ਦੁਰਗਾ ਕਲਿਆਣਪੁਰ ਧਰਮਸ਼ਾਲਾ ਦੇ ਵਿੱਚ। ਵੀਰੇ ਨਾਲ ਗੱਲਬਾਤ ਆਪਣੀ ਹੋ ਗਈ ਆ ਸਾਰੀ ਕਮਰੇ ਦੀ, ਇਹ ਬਹੁਤ ਵਧੀਆ ਨੇ ਜੀ। ਇਹਨਾਂ ਨਾਲ 600 ਰੁਪਏ 'ਚ ਸਾਨੂੰ ਕਮਰਾ ਦਿੱਤਾ ਜੀ। ਤੁਸੀਂ ਵੀ ਕਦੇ ਵੀ ਆਓ ਫੈਮਿਲੀ ਨਾਲ ਆਓ ਤਾਂ 1 ਕਿਲੋਮੀਟਰ ਪਿੱਛੇ ਦੁਰਗਾ ਕਲਿਆਣਪੁਰ ਧਰਮਸ਼ਾਲਾ ਜੀ, ਜਿੱਥੇ ਕਿ ਬਹੁਤ ਵਧੀਆ ਇਹਨਾਂ ਨੇ ਸਾਨੂੰ ਗਾਈਡ ਕੀਤਾ ਜੀ। ਵੀਰੇ ਦਾ ਸੁਭਾਅ ਬਹੁਤ ਵਧੀਆ ਧਰਮਸ਼ਾਲਾ ਵਾਲੇ ਦਾ, ਕਦੇ ਵੀ ਫੈਮਿਲੀ ਨਾਲ ਆਓ, ਕਿਤੇ ਇੱਧਰ ਉੱਧਰ ਕਮਰਾ ਲੈਣ ਦੀ ਤੁਹਾਨੂੰ ਲੋੜ ਨਹੀਂ ਜੀ। ਦੁਰਗਾ ਕਲਿਆਣਪੁਰ ਧਰਮਸ਼ਾਲਾ ਦੇ ਵਿੱਚ ਹੀ ਕਮਰਾ ਲਓ। ਲਓ ਜੀ ਆਹ ਤਾਂ ਕਮਰਾ ਤੁਹਾਨੂੰ ਦਿਖਾ ਰਿਹਾ, ਇਹ ਕਮਰਾ ਵੀਰੇ ਨੇ ਆਪਾਂ ਨੂੰ 600 ਰੁਪਏ 'ਚ ਕਮਰਾ ਦਿੱਤਾ, ਜਿਹਦੇ ਵਿੱਚ 2 ਬੈੱਡ ਲੱਗੇ ਹੋਏ ਆ ਜੀ। ਬਾਬਾ ਆਪਣੇ ਜਮਾਨੇ ਦੀਆਂ ਖੇਡਾਂ ਦੱਸ ਰਹੇ ਆ। ਸਾਡਾ ਬਹੁਤ ਜੀ ਜਮਾਨਾ ਕੁਛ ਹੋਰ ਹੀ, ਕੁਛ ਹੋਰ ਆ। ਅਸੀਂ ਤਾਂ ਬਹੁਤ ਜੀ ਸਕੂਲ ਜਾਂਦੇ ਸੀ, ਸਾਡਾ ਕੱਛਾ ਫੜੇ ਹੋਣਾ ਤੇ ਅਸੀਂ ਜਾਂਦੇ ਸੀ। ਤੁਹਾਨੂੰ ਤਾਂ ਅੱਜ ਕੱਲ ਵਧੀਆ ਬ੍ਰਾਂਡਰ ਕੱਪੜੇ ਨਾਲ ਚਾਹੀਦੇ, ਬੋਲ ਸਕੂਲ ਹੀ ਨਹੀਂ ਜਾਣਾ ਜਾਂਦਾ, ਤੇ ਮਾਰ ਮਾਰ ਜੱਪਣਾ ਲਾਲ ਕਰ ਦਿੱਤਾ। ਸਾਡੇ ਤਾਂ ਫੱਟੀਆਂ ਹੁੰਦੀਆਂ ਸੀ ਗਾਜਰੀ ਨਾਲ ਫੁੱਟਣੀ, ਚੱਲਣ ਦੇ ਲੜਾਈ ਹੋ ਗਈ ਤੇ ਉਹੀ ਚੱਲਣ ਦੇ ਚੜੇ ਫੱਟੀਆਂ ਨਾਲ ਹੀ।
ਆਪਣੇ ਦੁਗਰੀ ਮੈਨੂੰ ਐਡਮਿਸ਼ਨ ਕਰਾਉਣ ਗਏ, ਮੈਡਮ ਕਹਿੰਦੀ ਹਾਂਜੀ ਬੇਟਾ, ਕਹਿੰਦਾ ਮੈਂ ਕਿਹਾ ਜੀ ਐਡਮਿਸ਼ਨ ਕਰਾਉਣੀ ਹੈ ਡੈਡੀ, ਕਹਿੰਦਾ ਉਹ ਕਹਿੰਦਾ ਐਂ ਕਰੋ ਆਹ ਦੇਖੋ ਕੰਨ ਨੂੰ ਹੱਥ ਲੱਗਦਾ, ਮੈਂ ਕਿਹਾ ਹਾਂਜੀ ਲੱਗਦਾ, ਕਹਿੰਦੇ ਚਲ ਕਲਾਸ 'ਚ ਬੈਠ ਫਿਰ ਹੁਣ ਅੱਜ ਕੱਲ੍ਹ ਤਾਂ ਫੈਸਿਲਿਟੀਆਂ ਬਹੁਤ ਆ ਬੱਚਿਆਂ ਦੀਆਂ। ਮੈਂ ਤਾਂ ਕਹਿੰਦਾ ਬੱਚਾ ਹੁਣ ਵੀ ਨਾ ਬੱਚਾ ਅੱਛੀ ਤਰ੍ਹਾਂ ਪੜ੍ਹੇ ਤੇ ਬਹੁਤ ਕੁਛ। ਪਹਿਲਾਂ ਦੇਖੋ ਇੱਕ ਦਿਨ ਗਾਚੀ ਮਾਰਨੀ, ਉਹਨੂੰ ਸੁਕਾਉਣਾ, ਵੀ ਕੱਲ ਨੂੰ ਆਪਾਂ ਲਿਖਣਾ ਮਾਰਨੀ, ਟੈਨਸ਼ਨ ਇਹ ਹੁੰਦੀ ਸੀ ਆਪਾਂ ਇੰਨੀ ਮਿਹਨਤ ਕੀਤੀ ਤੇ ਕਿਤੇ ਗਲਤ ਨਾ ਲਿਖਿਆ ਜਾਵੇ ਉਹਦੇ ਉੱਤੇ ਕੁਛ, ਉਹ ਪੜਾਈਆਂ ਤਾਂ ਉਹਦੀ ਕਾਮਯਾਬੀ। ਸਾਡਾ ਕੀ ਹੁੰਦਾ ਸੀ, ਇਹ ਤਾਂ ਹੁਣ ਕਾਪੀਆਂ ਪੈਨ ਆ ਗਏ ਨਾ, ਸਾਡੇ ਕੰਨ ਦੀ ਕਲਮ ਹੋਣੀ, ਪੈਨ ਤੇ ਦਵਾਤ ਚ ਬਹੁਤ ਡਿਫਰੈਂਸ ਆ ਨਾ, ਕਾਪੀ ਕੂਪੀ ਤੇ ਜਲਦੀ ਸਲੇਟ ਤੇ ਲਿਖ ਲੈਣਾ ਠੀਕ ਹੈ ਜੀ, ਬੱਚੇ ਮਿਹਨਤ ਕਰਦੇ, ਮਿਹਨਤ ਕਰਨ ਫੱਟੀ ਪੁੱਛ ਕੇ, ਜਿਵੇਂ ਪਹਿਲਾਂ ਹੁਣ ਟੈਨਸ਼ਨ ਹੁੰਦੀ ਸੀ ਦੁਬਾਰਾ ਮੈਨੂੰ ਹੀ ਪੁੱਛਣੀ ਪੈਣੀ ਹੈ, ਗਲਤ ਕਰਤਾ ਬਸ, ਅਸੀਂ ਆਪਣੇ ਹਿਸਾਬ ਨਾਲ ਇਹਨੂੰ ਲਿਖੀਏ। ਪਾਪਾ ਚੱਲੇ ਆ ਨਾ ਰੋਟੀ ਲੈਣ, ਰੋਟੀ ਲੈਣ ਚੱਲੇ ਆ ਕਿਤੇ ਹੋਟਲ ਤੋਂ, ਹੋਟਲ ਤੇ ਚੱਲੇ ਆ ਕਿਤੇ ਰੋਟੀ ਲੈਣ। ਲਓ ਜੀ ਸਵੇਰ ਦੇ ਵੱਜ ਗਏ ਨੇ 5 ਜੀ, ਤੇ ਆਪਾਂ ਗੱਡੀ ਕੱਢਤੀ ਜੀ, ਆਪਣਾ ਰਾਸਤਾ 1 ਕਿਲੋਮੀਟਰ ਦਾ ਹਜੇ ਰਹਿੰਦਾ ਵਾ ਵੀਰੇ, ਹੁਣੀ ਜਿਨ੍ਹਾਂ ਧਰਮਸ਼ਾਲਾ ਦੇ ਵਿੱਚ ਅਸੀਂ ਰੁਕੇ ਸੀ ਉਹ ਸਾਡੇ ਨਾਲ ਹੀ ਆਏ ਨੇ ਵੀਰੇ, ਹੁਣੀ ਗੱਡੀ ਕਹਿੰਦੇ ਅਸੀਂ ਭਵਨ ਦੇ ਕੋਲ ਵੀਰੇ ਤੁਹਾਡੀ ਪਾਰਕਿੰਗ ਲਗਵਾ ਦਾਂਗੇ, ਉਹਨਾਂ ਵੀਰੇ ਉਹਨਾਂ ਨੇ ਭਵਨ ਦੇ ਕੋਲ ਪਾਰਕਿੰਗ ਗੱਡੀ ਲਗਵਾਤੀ ਆ ਜੀ, ਦੁਰਗਾਪੁਰ ਕਲਿਆਣਪੁਰ ਧਰਮਸ਼ਾਲਾ ਵਾਲਿਆਂ ਨੇ, ਅਤੇ ਉਸ ਤੋਂ ਬਾਅਦ ਅਸੀਂ ਨਾਰੀਅਲ ਵਗੈਰਾ ਮਾਤਾ ਦੀ ਟੋਕਰੀ ਪ੍ਰਸ਼ਾਦ ਬਣਵਾ ਲਈਏ ਜੀ, ਮਾਤਾ ਰਾਣੀ ਦੀ ਚੁੰਨੀ ਵੀ ਲੈ ਲਈ, ਸਾਰੇ ਪ੍ਰਸ਼ਾਦ ਆਪਾਂ ਬਣਵਾ ਲਿਆ ਜੀ, ਟੋਕਰੀ ਬਣਵਾ ਲਈ ਆ। ਲਓ ਜੀ ਆਪਾਂ ਆਪਣੀ ਯਾਤਰਾ ਪੈਦਲ ਯਾਤਰਾ ਆਪਣਾ ਹੁਣ ਪੌੜੀਆਂ ਚੜ੍ਹ ਕੇ ਸ਼ੁਰੂ ਕਰਤੀ ਜੀ। ਲਓ ਜੀ ਇੱਥੇ ਦੇਖੋ ਪ੍ਰਸ਼ਾਦ ਦੀਆਂ ਬਹੁਤ ਜ਼ਿਆਦਾ ਦੁਕਾਨਾਂ ਨੇ ਜੀ, ਸਵੇਰ ਦੇ 5 ਵਜੇ ਹੋਏ ਨੇ ਜੀ, ਦੁਕਾਨਾਂ ਖੁੱਲ੍ਹ ਚੁੱਕੀਆਂ ਨੇ ਸਾਰੀਆਂ, 4 ਵਜੇ ਦੇ ਲਗਭਗ ਕਹਿੰਦੇ ਜੀ ਭਵਨ ਖੁੱਲ੍ਹ ਜਾਂਦਾ ਵਾ, 4 ਵਜੇ ਤੋਂ ਆਪਣੇ ਭਗਤਾਂ ਨੇ ਸ਼ੁਰੂ ਹੋ ਜਾਂਦੇ ਆ ਜੀ ਮੱਥਾ ਟੇਕਣ ਵਾਲੇ, ਕਈ ਭਗਤ ਰਾਤ ਦੇ ਤੁਰੇ ਹੁੰਦੇ ਆ ਜੀ, ਅਤੇ ਸਾਜਰੇ ਮੱਥਾ ਟੇਕ ਕੇ ਵਾਪਸੀ ਵੀ ਕਰ ਲੈਂਦੇ ਨੇ ਜੀ, ਤੁਸੀਂ ਵੀ ਆਉਣਾ ਹੋਵੇ ਚਿੰਤਪੁਰਨੀ ਮਾਤਾ ਦੇ ਤਾਂ ਟਾਈਮ ਸਿਰ ਆ ਕੇ ਤੁਸੀਂ ਵਾਪਸੀ ਵੀ ਕਰ ਸਕਦੇ ਹੋ ਜੀ। ਆਹ ਦੇਖੋ ਜੀ ਦੁਕਾਨਾਂ, ਸਾਰੇ ਮਾਤਾ ਦੇ ਰਾਣੀ ਦੀਆਂ ਚੁੰਨੀਆਂ ਲੱਗੀਆਂ ਹੋਈਆਂ ਨੇ ਜੀ। ਲਓ ਜੀ ਆਪਣੇ ਸੰਗਤ ਆ ਗਈ ਆ ਆਪਣੇ ਨਾਲ, ਮਾਤਾ ਰਾਣੀ ਦੇ ਜੈਕਾਰੇ ਜੈ ਮਾਤਾ ਦੀ ਬੋਲ ਰਹੇ ਨੇ ਆਪਦੇ ਮੂੰਹ ਦੇ ਵਿੱਚ, ਹੌਲੀ ਹੌਲੀ ਬੋਲ ਰਹੇ ਆ ਸਾਰੇ ਜੀ ਹਜੇ। ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਜੀ, ਸ਼ੁਭ ਨਵਰਾਤਰੇ ਦੇਖੋ ਲਿਖਿਆ ਹੋਇਆ ਜੀ, ਬਹੁਤ ਵਧੀਆ ਫੁੱਲਾਂ ਦੀ ਡੈਕੋਰੇਸ਼ਨ ਹੋਈ ਹੋਈ ਆ ਜੀ, ਬਹੁਤ ਵਧੀਆ ਭਵਨ ਨੂੰ ਸਜਾਇਆ ਹੋਇਆ ਜੀ। ਲਓ ਜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ, ਜੋ ਸਾਹਮਣੇ ਮਾਤਾ ਰਾਣੀ ਦੇ ਦਰਸ਼ਨ ਕਰੋ ਜੀ, ਤੁਸੀਂ ਵੀ ਵੀਡੀਓ ਰਾਹੀਂ ਮਾਤਾ ਰਾਣੀ ਦੇ ਨਵਰਾਤਰੇ ਚੱਲ ਰਹੇ ਆ ਜੀ, ਦਰਸ਼ਨ ਕਰ ਸਕਦੇ ਹੋ ਜੀ। ਦੇਖੋ ਮਾਤਾ ਰਾਣੀ ਦੇ ਸਾਹਮਣੇ ਸਾਫ ਦਰਸ਼ਨ ਹੋ ਰਹੇ ਨੇ ਜੀ, ਇਹ ਦੇਖੋ ਜੀ ਜੋ ਐਂਟਰੀ ਗੇਟ ਆ ਭਵਨ ਦਾ, ਇਹੀ ਐਂਟਰੀ ਗੇਟ ਆ ਜੀ, ਚਿੰਤਪੁਰਨੀ ਮਾਤਾ ਦਾ ਐਂਟਰੀ ਗੇਟ ਇਹੀ ਆ ਜੀ, ਸਾਹਮਣੇ ਤੋਂ ਟੱਲੀਆਂ ਦੇਖੋ ਟੱਲ ਲੱਗੇ ਹੋਏ ਆ ਜੀ, ਇਹਨਾਂ ਨੂੰ ਵਜਾਓ। ਲਓ ਜੀ ਆਪਾਂ ਵੀ ਅੱਗੇ ਚੱਲਦੇ ਹਾਂ ਮਾਤਾ ਰਾਣੀ ਦੇ ਦਰਸ਼ਨਾਂ ਲਈ, ਆਪਾਂ ਦਰਸ਼ਨ ਕਰਨ ਤੋਂ ਬਾਅਦ ਬਾਹਰ ਨਿਕਲੇ ਜੀ, ਉਸ ਤੋਂ ਬਾਅਦ ਦੇਖੋ ਇਹ ਪੁਰਾਣਾ ਪਿੱਪਲ ਆ ਜੀ, ਜਿਹਦੇ ਉੱਤੇ ਮਾਤਾ ਰਾਣੀ ਦੀਆਂ ਜੋ ਚੁੰਨੀਆਂ ਹੁੰਦੀਆਂ ਨੇ ਜੀ, ਇਹਦੇ ਉੱਪਰ ਹੀ ਬੰਨ੍ਹ ਦਿੰਦੇ ਆ ਲੋਕ ਜੀ,
ਖਾਸ ਕਰਕੇ ਇਹਦੇ ਉੱਪਰ ਬੰਨੀਆਂ ਮੈਂ ਦੇਖੀਆਂ ਜ਼ਿਆਦਾਤਰ ਚੁੰਨੀਆਂ ਜੀ, ਪਿੱਪਲ ਦੇ ਉੱਪਰ ਬਹੁਤ ਜ਼ਿਆਦਾ ਚੁੰਨੀਆਂ ਬੰਨੀਆਂ ਹੋਈਆਂ ਮਾਤਾ ਰਾਣੀ ਦੀਆਂ ਜੀ, ਬਹੁਤ ਸੋਹਣੀਆਂ ਲੱਗਦੀਆਂ ਨੇ। ਆਹ ਦੇਖੋ ਜੀ ਐਂਗਲਾਂ ਦੇ ਉੱਪਰ ਵੀ ਚੁੰਨੀਆਂ ਬੰਨੀਆਂ ਹੋਈਆਂ ਨੇ। ਸੰਗਤਾਂ ਦੂਰੋਂ ਦੂਰੋਂ ਪਿੰਡਾਂ 'ਚੋਂ ਚੱਲ ਕੇ ਆਈਆਂ ਹੋਈਆਂ ਨੇ ਜੀ ਮਾਤਾ ਰਾਣੀ ਦੇ ਦਰਸ਼ਨਾਂ ਲਈ। ਸਵੇਰ ਦਾ ਟਾਈਮ ਆ ਜੀ, ਬਹੁਤ ਵਧੀਆ ਇੱਥੇ ਮੌਸਮ ਹੋਇਆ ਹੋਇਆ ਜੀ, ਥੋੜ੍ਹਾ ਥੋੜ੍ਹਾ ਠੰਡਾ ਮੌਸਮ ਆ ਜੀ ਚਿੰਤਪੁਰਨੀ ਮਾਤਾ ਦੇ। ਸਵੇਰ ਦੇ ਟਾਈਮ ਥੋੜ੍ਹੀ ਥੋੜ੍ਹੀ ਠੰਡ ਲੱਗ ਰਹੀ ਆ। ਦੇਖੋ ਜੀ ਪਿੱਪਲ ਦਾ ਪੂਰਾ ਮੈਂ ਦਿਖਾ ਰਿਹਾ ਉੱਪਰ ਤੁਹਾਨੂੰ, ਪਿੱਪਲ ਪੂਰਾ ਡੈਕੋਰੇਸ਼ਨ ਕਰਿਆ ਹੋਇਆ ਜੀ, ਪੂਰੀ ਸਜਾਵਟ ਕਰਤੀ ਪਿੱਪਲ ਦੇ ਉੱਪਰ ਜੀ, ਨਰਾਤਿਆਂ ਦੇ ਕਰਕੇ ਜੀ ਇਹ ਸਾਰਾ ਕੁਛ ਡੈਕੋਰੇਸ਼ਨ ਵਗੈਰਾ ਨਰਾਤਿਆਂ ਦੇ ਕਰਕੇ ਹੋਈ ਹੋਈ ਆ ਜੀ। ਸਾਹਮਣੇ ਦੇਖੋ ਜੀ ਹਵਨ ਚੱਲਦਾ ਪਿਆ ਵਾ ਜੀ, ਹਵਨ ਚੱਲ ਰਿਹਾ ਜੀ, ਹਵਨ ਕਰਾ ਰਹੇ ਨੇ ਕਈ, ਹਵਨ ਕਰਾ ਰਹੇ ਨੇ ਕਈ ਜੀ। ਦੇਖੋ ਜੀ ਉਸ ਤੋਂ ਬਾਅਦ ਕੰਜਕਾਂ ਨੂੰ ਖਵਾ ਰਹੇ ਨੇ, ਉਹ ਵੀ ਮੈਂ ਤੁਹਾਨੂੰ ਦਿਖਾਉਂਦਾ ਜੀ, ਛੋਟੀਆਂ ਛੋਟੀਆਂ ਕੰਜਕਾਂ ਬਹੁਤ ਨੇ ਜੀ। ਆਹ ਦੇਖੋ ਤੁਹਾਨੂੰ ਮੈਂ ਭਵਨ ਦੇ ਪਿਛਲੇ ਪਾਸੇ ਦੀ ਦਿਖਾ ਰਿਹਾ ਜੀ, ਆਹ ਦੇਖੋ ਸਾਹਮਣੇ ਭਵਨ ਦੇ ਪਿਛਲੇ ਪਾਸੇ ਆ ਜੀ, ਬਹੁਤ ਵਧੀਆ ਹਾਈਟ ਦੇ ਉੱਪਰ ਭਵਨ ਬਣਿਆ ਹੋਇਆ ਜੀ, ਪਿੱਛੋਂ ਪਹਾੜੀਆਂ ਦਿਖਾ ਰਿਹਾ ਜੀ। ਹੁਣ ਤੁਹਾਨੂੰ ਮੈਂ ਥੋੜ੍ਹੇ ਛੋਟੀਆਂ ਛੋਟੀਆਂ ਕੰਜਕਾਂ ਵੀ ਦਿਖਾਊਂਗਾ ਜੀ, ਅਤੇ ਕੰਜਕਾਂ ਨੂੰ ਆਪਾਂ ਮੱਥਾ ਵੀ ਟੇਕਾਂਗੇ, ਛੋਟੀਆਂ ਛੋਟੀਆਂ ਕੰਜਕਾਂ ਤੋਂ ਆਪਣਾ ਆਸ਼ੀਰਵਾਦ ਵੀ ਲਵਾਂਗੇ ਜੀ। ਅਤੇ ਇਸ ਤੋਂ ਬਾਅਦ ਜੀ ਜਿਨ੍ਹਾਂ ਦੋਸਤਾਂ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ, ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਇਸ ਤੋਂ ਬਾਅਦ ਆਪਾਂ ਚਿੰਤਪੁਰਨੀ ਮਾਤਾ ਤੋਂ ਬਾਅਦ ਆਪਾਂ ਜਵਾਲਾ ਮਾਤਾ ਦੇ ਦਰਸ਼ਨ ਵੀ ਕਰਨ ਜਾਣੇ ਨੇ ਜੀ, ਮੈਂ ਉਹ ਵੀ ਵੀਡੀਓ ਤੁਹਾਨੂੰ ਦਿਖਾਉਂਦਾ ਰਹਾਂਗਾ ਜੀ। ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਜੀ, ਜਿਨ੍ਹਾਂ ਨੇ ਹਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ, ਅਗਲੀਆਂ ਸਾਰੀਆਂ ਨਵੀਆਂ ਵੀਡੀਓ ਦੇਖਣ ਲਈ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ 'ਤੇ ਲਾਈਕ ਵੀ ਕਰ ਦਿਆ ਕਰੋ ਜੀ। ਅਤੇ ਇਸ ਕਰਕੇ ਮੈਂ ਹੋਰ ਵੀਡੀਓ ਪਾਉਂਦਾ ਰਹਾਂਗਾ ਜੀ, ਬਸ ਤੁਹਾਡਾ ਦੋਸਤੋ ਸਾਥ ਚਾਹੀਦਾ ਵਾ। ਇੱਦਾਂ ਹੀ ਮੈਂ ਧਾਰਮਿਕ ਜਗ੍ਹਾ ਸਾਰੀਆਂ ਦਿਖਾਉਂਦਾ ਰਹਾਂਗਾ ਤੁਹਾਨੂੰ ਜੀ, ਜਿੱਥੇ ਤੁਸੀਂ ਮੈਸੇਜ ਕਰੋਗੇ ਮੈਂ ਉੱਥੇ ਜਾ ਕੇ ਵੀਡੀਓ ਬਣਾਵਾਂਗਾ ਜੀ, ਜਿਹੜੀ ਤੁਹਾਨੂੰ ਜਗ੍ਹਾ ਤੁਹਾਡੇ ਏਰੀਏ 'ਚ ਜਾਂ ਤੁਹਾਡੇ ਪਿੰਡ 'ਚ ਹੋਊਗੀ ਆਪਾਂ ਉੱਥੇ ਵੀ ਵੀਡੀਓ ਬਣਾ ਸਕਦੇ ਹਾਂ ਜੀ। ਤੁਸੀਂ ਮੈਨੂੰ ਮੈਸੇਜ ਰਾਹੀਂ ਦੱਸ ਦਿਓ, ਠੀਕ ਆ ਜੀ। ਆ ਜੋ ਮੈਂ ਤੁਹਾਨੂੰ ਦਿਖਾ ਰਿਹਾ ਜੀ ਮਾਤਾ ਦੇ ਭਵਨ ਦੇ ਉੱਪਰੋਂ ਦਾ, ਦੇਖੋ ਜੀ ਕਿੰਨਾ ਵਧੀਆ ਨਜ਼ਾਰਾ ਜੀ ਉੱਪਰੋਂ ਪਹਾੜਾਂ ਦੇ ਵਿੱਚੋਂ, ਦੇਖੋ ਜੀ ਕਿੰਨਾ ਸੋਹਣਾ ਵਿਊ ਆ ਰਿਹਾ ਜੀ ਮਾਤਾ ਦੇ ਭਵਨ ਦੇ। ਬਹੁਤ ਜ਼ਿਆਦਾ ਦਿਲ ਲੱਗਿਆ ਜੀ ਮਾਤਾ ਰਾਣੀ ਦੇ ਭਵਨ ਦੇ ਉੱਪਰ ਆ ਕੇ, ਸਾਡਾ ਬਹੁਤ ਜ਼ਿਆਦਾ ਮਨ ਲੱਗਿਆ। ਆਪਾਂ 2 ਮਿੰਟ ਮਾਤਾ ਰਾਣੀ ਦੀਆਂ ਚੌਂਕੀ ਵੀ ਭਰਾਂਗੇ ਜੀ, ਮਾਤਾ ਰਾਣੀ ਨੂੰ ਯਾਦ ਕਰਾਂਗੇ ਸੱਚੇ ਦਿਲੋਂ। ਮਾਤਾ ਰਾਣੀ ਸਾਰੀਆਂ ਸੰਗਤਾਂ ਦੇ ਮਿਹਰ ਭਰਿਆ ਹੱਥ ਰੱਖੇ ਜੀ ਸਿਰ 'ਤੇ। ਦੇਖੋ ਜੀ ਆਹ ਦੇਖੋ ਫੁੱਲਾਂ ਦੀ ਕਿੰਨੀ ਵਧੀਆ ਡੈਕੋਰੇਸ਼ਨ ਕੀਤੀ ਹੋਈ ਆ ਜੀ, ਬਹੁਤ ਵਧੀਆ ਸੋਹਣੇ ਫੁੱਲ ਲੱਗ ਰਹੇ ਨੇ ਜੀ। ਲਓ ਜੀ ਮੈਂ ਤੁਹਾਨੂੰ ਥੋੜ੍ਹਾ ਜਿਹਾ ਕੋਲੋਂ ਦਿਖਾ ਦੇਵਾਂ ਹਾਈਟ ਤੋਂ ਫੁੱਲ। ਦੇਖੋ ਜੀ ਬਹੁਤ ਵਧੀਆ ਫੁੱਲ ਲਾਏ ਹੋਏ ਆ ਜੀ, ਮਾਤਾ ਰਾਣੀ ਦਾ ਭਵਨ ਪੂਰਾ ਸਜਾਤਾ ਜੀ, ਸੰਗਤਾਂ ਵੀ ਆ ਗਈਆਂ ਨੇ। ਜਦੋਂ ਅਸੀਂ ਆਏ ਸੀ ਥੋੜ੍ਹੀ ਜਿਹੀ ਸੰਗਤ ਉਦੋਂ ਘੱਟ ਸੀ, ਅਤੇ ਸੰਗਤ ਹੁਣ ਜ਼ਿਆਦਾ ਵੱਧ ਰਹੀ ਆ ਜੀ, ਕਿਉਂਕਿ ਟਾਈਮ ਹੋ ਗਿਆ ਸੀ 5 ਵਜੇ ਆਏ ਸੀਗੇ। ਜਿਵੇਂ ਜਿਵੇਂ ਟਾਈਮ ਵੱਧ ਰਿਹਾ ਜੀ, ਉਵੇਂ ਉਵੇਂ ਮਾਤਾ ਰਾਣੀ ਦੇ ਭਵਨ ਦੇ ਉੱਪਰ ਥੋੜ੍ਹੀ ਜਿਹੀ ਭੀੜ ਵਧਣੀ ਸ਼ੁਰੂ ਹੋ ਗਈ ਆ। ਬਾਕੀ ਆਪਣੀ ਪੁਲਿਸ ਵਗੈਰਾ ਲੱਗੀ ਹੋਈ ਆ ਜੀ, ਕੋਈ ਲਾਈਨਾਂ ਦੇ ਵਿੱਚ ਸਾਰੇ ਬੜੀ ਸ਼ਰਧਾ ਦੇ ਨਾਲ ਮੱਥਾ ਟੇਕ ਰਹੇ ਆ ਜੀ, ਕੋਈ ਭੀੜ ਭੜੱਕਾ ਨਹੀਂ, ਕੋਈ ਕਿਸੇ ਨੂੰ ਧੱਕਾ ਨਹੀਂ ਮਾਰ ਰਿਹਾ, ਸਾਰੇ ਸ਼ਰਧਾ ਦੇ ਨਾਲ ਭਗਤ ਆਏ ਹੋਏ ਆ ਜੀ, ਬੜੇ ਪਿਆਰ ਨਾਲ ਮੱਥਾ ਟੇਕਿਆ ਗਿਆ ਜੀ, ਸਾਨੂੰ ਪੁਲਿਸ ਵਾਲਿਆਂ ਨੇ ਬੜੇ ਪਿਆਰ ਨਾਲ ਮੱਥਾ ਟਿਕਾਇਆ ਜੀ। ਆਹ ਦੇਖੋ ਮਾਤਾ ਰਾਣੀ ਦਾ ਝੰਡਾ ਝੂਲ ਰਿਹਾ ਜੀ ਐਂਗਲਾਂ ਦੇ ਉੱਪਰ, ਤੁਹਾਨੂੰ ਮੈਂ ਦਿਖਾ ਰਿਹਾ ਜੀ, ਉਹ ਪਿੱਛੇ ਹੋਟਲ ਵੀ ਨੇ ਵੀ ਜੀ, ਜੇ ਅਗਰ ਕਿਸੇ ਵੀਰ ਭੈਣ ਨੂੰ ਰਾਤ ਵੀ ਹੋ ਜਾਵੇ ਤਾਂ ਤੁਸੀਂ ਇੱਥੇ ਭਵਨ ਦੇ ਉੱਪਰ ਨੇੜੇ ਤੇੜੇ ਹੋਟਲ ਦੇਖ ਕੇ ਵੀ ਰੁਕ ਸਕਦੇ ਹਾਂ ਜੀ। ਲਓ ਜੀ ਆਪਾਂ ਇਤਮ ਨੂੰ ਲੈ ਕੇ ਚੱਲਦੇ ਹਾਂ, ਅਤੇ ਹੁਣ ਤੁਹਾਨੂੰ ਆਪਾਂ ਕੰਜਕਾਂ ਦਿਖਾਉਂਦੇ ਹਾਂ ਜੀ। ਉਸ ਤੋਂ ਬਾਅਦ ਚਲੋ ਆਪਾਂ 5 ਮਿੰਟ ਆਰਾਮ ਕਰ ਲਈਏ, ਉਸ ਤੋਂ ਬਾਅਦ ਮਾਤਾ ਰਾਣੀ ਨੂੰ ਯਾਦ ਕਰੀਏ, ਬਹਿ ਕੇ ਚੌਂਕੀ ਲਾ ਦਈਏ ਮਾਤਾ ਰਾਣੀ ਦੀ, 15 ਕੁ ਮਿੰਟ ਆਪਾਂ ਮਾਤਾ ਰਾਣੀ ਨੂੰ ਯਾਦ ਕਰੀਏ। ਲਓ ਜੀ ਆਪਾਂ ਦੇਖੋ ਛੋਟੀ ਛੋਟੀਆਂ ਕੰਜਕਾਂ ਨੂੰ ਮੱਥਾ ਟੇਕ ਲਈਏ ਜੀ, ਛੋਟੀਆਂ ਛੋਟੀਆਂ ਧੀਆਂ ਨੂੰ ਪਿਆਰ ਕਰਨਾ ਚਾਹੀਦਾ ਜੀ, ਕੰਜਕਾਂ ਦੇ ਰੂਪ ਦੇ ਵਿੱਚ ਮਾਤਾ ਆਉਂਦੀ ਆ, ਠੀਕ ਆ ਜੀ। ਇੱਥੇ ਬਹੁਤ ਜ਼ਿਆਦਾ ਕੰਜਕਾਂ ਮਿਲੀਆਂ ਜੀ, ਬਹੁਤ ਜ਼ਿਆਦਾ ਕੰਜਕਾਂ, ਆਪਾਂ ਕੰਜਕਾਂ ਦਾ ਆਸ਼ੀਰਵਾਦ ਲਈਏ ਜੀ।
ਸਾਡੇ ਏਕਮ ਨੂੰ ਥੋੜ੍ਹਾ ਜਿਹਾ ਮੈਂ ਥੋੜ੍ਹਾ ਨਾਲ ਤਾਂ ਰੱਖ ਰਿਹਾ ਜੀ, ਏਕਮ ਥੋੜ੍ਹਾ ਸ਼ਰਾਰਤੀ ਆ, ਇੱਧਰ ਉੱਧਰ ਭੱਜਦਾ ਰਹਿੰਦਾ ਵਾ, ਕਿਤੇ ਇਹਦਾ ਥੋੜ੍ਹਾ ਜਿਹਾ ਸਾਨੂੰ ਡਰ ਲੱਗਿਆ ਰਹਿੰਦਾ ਕਿ ਇੱਧਰ ਉੱਧਰ ਗੁੰਮ ਨਾ ਜਾਵੇ, ਥੋੜ੍ਹੀ ਸ਼ਰਾਰਤ ਜ਼ਿਆਦਾ ਕਰਦਾ ਜੀ। ਦੇਖੋ ਜੀ ਸੰਗਤਾਂ ਸਾਰੀਆਂ ਚੌਂਕੀ ਭਰ ਰਹੀਆਂ ਨੇ ਮਾਤਾ ਰਾਣੀ। ਮਾਤਾ ਚਿੰਤਪੁਰਨੀ ਦੇ ਦੇਖੋ ਜੀ ਮੰਦਰ ਦੇ ਬਾਹਰ ਪੂਰੀਆਂ ਲਾਈਨਾਂ ਲੱਗ ਚੁੱਕੀਆਂ ਨੇ, ਲੋਕ ਝੰਡੇ ਲੈ ਕੇ ਪਹੁੰਚ ਚੁੱਕੇ ਆ ਜੀ, ਪੂਰੀ ਸ਼ਰਧਾ ਦੇ ਨਾਲ ਪਹੁੰਚੇ ਨੇ ਜੀ। ਨਰਾਤਿਆਂ ਦੇ ਦਿਨ ਚੱਲਦੇ ਆ ਜੀ, ਪੂਰੀ ਅਸੀਂ ਗਿਣਤੀ ਕਰਦੇ ਪਏ ਹਾਂ ਨਾਲ ਦੀ ਨਾਲ, 150 ਬੰਦਾ ਖੜਾ ਜੀ ਝੰਡਾ ਲੈ ਕੇ ਪੂਰਾ ਮਾਤਾ ਰਾਣੀ ਦੇ ਦਰਸ਼ਨਾਂ ਕਰਨ ਲਈ। ਮਾਤਾ ਰਾਣੀ ਇਹਨਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰੇ ਜੀ। ਹੁਣ ਚੱਲਦੇ ਆ ਜੀ ਆਪਾਂ ਮਾਤਾ ਜਵਾਲਾ ਜੀ ਦੇ। ਮੇਰੀਆਂ ਅਗਲੀਆਂ ਵੀਡੀਓ ਦੇਖਣ ਲਈ ਜੀ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ। ਮਾਤਾ ਰਾਣੀ ਦੇ ਦਰਸ਼ਨਾਂ ਤੋਂ ਬਾਅਦ ਆਪਾਂ ਚੱਲੇ ਹਾਂ ਮਾਤਾ ਜਵਾਲਾ ਜੀ ਦੇ। ਅਗਲੀ ਵੀਡੀਓ ਦੇਖਣ ਲਈ ਜੀ ਮੇਰਾ ਚੈਨਲ ਸਬਸਕ੍ਰਾਈਬ ਅਤੇ ਲਾਈਕ ਕਰ ਦਿਓ ਜੀ। ਇੱਦਾਂ ਹੀ ਤੁਹਾਨੂੰ ਮੈਂ ਸਾਰੀਆਂ ਧਾਰਮਿਕ ਜਗ੍ਹਾਵਾਂ ਅਤੇ ਹੋਰ ਜਗ੍ਹਾਵਾਂ ਦੇ ਸਾਰਿਆਂ ਦੇ ਦਿਖਾਉਂਦਾ ਰਹਾਂਗਾ ਜੀ।